ਬਾਰਾਮੂਲਾ ਦੇ ਵਿੱਚ ਅੱਤਵਾਦੀਆਂ ਦਾ ਫੌਜੀ ਜਵਾਨਾਂ ਦੇ ਵੱਲੋਂ ਐਨਕਾਊਂਟਰ ਕੀਤਾ ਜਾ ਰਿਹਾ ਹੈ ਤੇ ਮੁੱਠਭੇੜ ਦੀਆਂ ਲਾਈਵ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਇੱਕ ਅੱਤਵਾਦੀ ਵੀ ਨਜ਼ਰ ਆਇਆ ਹੈ ਜੋ ਗੋਲੀਆਂ ਤੋਂ ਬਚਦਾ ਹੋਇਆ ਭੱਜਦਾ ਹੋਇਆ ਦਿਖਿਆ ਹੈ ਪਰ ਫਿਰ ਵੀ ਜਵਾਨਾਂ ਦੇ ਵੱਲੋਂ ਇਸ ਨੂੰ ਘੇਰ ਕੇ ਇਸ ਨੂੰ ਢੇਰ ਕਰ ਦਿੱਤਾ ਗਿਆ ਹੈ। ਤਸਵੀਰਾਂ ਸਾਹਮਣੇ ਆਈਆਂ ਕਸ਼ਮੀਰ ਦੇ ਬਾਰਾਮੂਲਾ ਤੋਂ ਜਿੱਥੇ ਅੱਤਵਾਦੀਆਂ ਤੇ ਫੌਜੀ ਜਵਾਨਾਂ ਵਿਚਾਲੇ ਮੁੱਠਭੇੜ ਚੱਲ ਰਹੀ ਹੈ। ਫੌਜੀਆਂ ਦੇ ਵੱਲੋਂ ਐਨਕਾਊਂਟਰ ਕੀਤਾ ਜਾ ਰਿਹਾ ਅੱਤਵਾਦੀਆਂ ਦਾ ਤੇ ਇਸ ਵਿਚਾਲੇ ਦੀ ਹੀ ਇੱਕ ਵੀਡੀਓ ਸਾਹਮਣੇ ਆਈ ਹੈ, ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋਈ ਹੈ। ਡਰੋਨ ਦੇ ਰਾਹੀਂ ਇਹ ਤਸਵੀਰਾਂ ਲਈਆਂ ਗਈਆਂ ਨੇ ਜਿਸ ਵਿੱਚ ਅੱਤਵਾਦੀ ਇੱਕ ਘਰ ਚੋਂ ਬਾਹਰ ਨਿਕਲ ਕੇ ਭੱਜਦਾ ਹੋਇਆ ਨਜ਼ਰ ਆਉਂਦਾ ਹੈ ਜੋ ਅੱਗੇ ਜਾ ਕੇ ਡਿੱਗ ਵੀ ਜਾਂਦਾ ਹੈ, ਗੋਲੀਆਂ ਤੋਂ ਬਚਦਾ ਹੈ। ਲਗਾਤਾਰ ਗੋਲੀਆਂ ਚੱਲ ਰਹੀਆਂ ਹੈ, ਫੌਜੀ ਜਵਾਨਾਂ ਦੇ ਵੱਲੋਂ ਗੋਲੀਆਂ ਦਾਗੀਆਂ ਜਾ ਰਹੀਆਂ ਨੇ ਤਾਂ ਇਹ ਅੱਤਵਾਦੀ ਭੱਜਦਾ ਹੋਇਆ ਆਪਣਾ ਬਚਾਅ ਕਰਦਾ ਦਰਖਤਾਂ ਵੱਲ ਦੌੜਦਾ ਹੈ, ਦਰਖਤਾਂ ਦੇ ਵਿਚਾਲੇ ਲੁਕ ਜਾਂਦਾ ਹੈ ਪਰ ਅੱਗੇ ਜਾ ਕੇ ਵੀ ਇਸ ਅੱਤਵਾਦੀ ਨੂੰ ਫੌਜੀ ਜਵਾਨਾਂ ਦੇ ਵੱਲੋਂ ਢੇਰ ਕਰ ਦਿੱਤਾ ਜਾਂਦਾ ਹੈ। ਤਸਵੀਰਾਂ ਕਸ਼ਮੀਰ ਦੇ ਬਾਰਾਮੂਲਾ ਦੀਆਂ ਨੇ ਜਿੱਥੇ ਐਨਕਾਊਂਟਰ ਕੀਤਾ ਜਾ ਰਿਹਾ ਹੈ, ਮੁੱਠਭੇੜ ਹੋ ਰਹੀ ਹੈ, ਫਾਇਰਿੰਗ ਹੋ ਰਹੀ ਹੈ, ਗੋਲੀਬਾਰੀ ਹੋ ਰਹੀ ਹੈ। ਅੱਤਵਾਦੀਆਂ ਤੇ ਪੁਲਿਸ ਸੁਰੱਖਿਆ ਬਲਾਂ ਦੇ ਵਿਚਾਲੇ BSF ਤੇ ਜਵਾਨਾਂ ਦੇ ਵੱਲੋਂ ਇਸ ਅੱਤਵਾਦੀ ਨੂੰ ਢੇਰ ਕੀਤਾ ਗਿਆ ਤੇ ਇਸ ਵਿਚਾਲੇ ਦੀ ਹੀ ਇਹ ਵੀਡੀਓ ਹੈ ਜੋ ਉਸੇ ਦੌਰਾਨ ਸਾਹਮਣੇ ਆਈ ਹੈ ਜਦੋਂ ਇਸ ਅੱਤਵਾਦੀ ਨੂੰ ਘੇਰ ਕੇ ਗੋਲੀਆਂ ਦਾਗੀਆਂ ਜਾ ਰਹੀਆਂ ਨੇ ਇਸ ਤੇ ਅੱਤਵਾਦੀ ਆਪਣਾ ਬਚਾਅ ਕਰਦਾ ਨਜ਼ਰ ਆਇਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜੰਮੂ ਕਸ਼ਮੀਰ ਦੇ ਵਿੱਚ ਕਿਸ਼ਤਵਾੜ 'ਚ ਵੀ ਇਹਨਾਂ ਅੱਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ, ਗੋਲੀਆਂ ਦਾਗੀਆਂ ਗਈਆਂ ਜਿਸ ਵਿੱਚ 2 ਫੌਜੀ ਜਵਾਨ ਸ਼ਹੀਦ ਵੀ ਹੋਏ ਸਨ, 2 ਗੰਭੀਰ ਹਾਲਤ ਦੇ ਵਿੱਚ ਜ਼ਖਮੀ ਹਸਪਤਾਲ 'ਚ ਜ਼ੇਰੇ ਇਲਾਜ ਨੇ। ਇਸ ਦੇ ਚੱਲਦਿਆਂ ਬਾਰਾਮੂਲਾ ਦੇ ਵਿੱਚ ਵੀ ਐਨਕਾਊਂਟਰ ਚਲਾਇਆ ਗਿਆ ਇਹਨਾਂ ਫੌਜੀ ਜਵਾਨਾਂ ਦੇ ਵੱਲੋਂ। ਹੁਣ ਇਸ ਐਨਕਾਊਂਟਰ ਦੀਆਂ ਲਾਈਵ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੋ ਤੁਸੀਂ ਦੇਖ ਰਹੇ ਹੋ ਕਿ ਇਸ ਵਿੱਚ ਅੱਤਵਾਦੀ ਹੈ ਜੋ ਭੱਜਦਾ ਹੋਇਆ ਨਜ਼ਰ ਆ ਰਿਹਾ, ਇੱਕ ਘਰ 'ਚੋਂ ਬਾਹਰ ਨਿਕਲਦਾ ਹੈ, ਹੱਥ ਵਿੱਚ ਉਹਦੇ ਵੀ ਬੰਦੂਕ ਹੈ, ਗੋਲੀਆਂ ਲਗਾਤਾਰ ਚੱਲ ਰਹੀਆਂ ਨੇ ਤੇ ਗੋਲੀਆਂ ਤੋਂ ਬਚਦਾ ਹੋਇਆ ਇੱਕ ਘਰ ਤੋਂ ਬਾਹਰ ਨਿਕਲਦਾ ਹੈ, ਜ਼ਮੀਨ ਤੇ ਡਿੱਗ ਜਾਂਦਾ ਹੈ, ਥੋੜ੍ਹੀ ਦੇਰ ਲੇਟਿਆ ਰਹਿੰਦਾ ਹੈ ਤੇ ਫਿਰ ਉਸ ਤੋਂ ਬਾਅਦ ਦਰਖਤਾਂ ਵੱਲ ਦੌੜਦਾ ਹੈ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਅੱਗੇ ਜਵਾਨਾਂ ਦੇ ਵੱਲੋਂ ਇਸ ਨੂੰ ਘੇਰ ਕੇ ਢੇਰ ਕਰ ਦਿੱਤਾ ਜਾਂਦਾ ਹੈ। ਬਾਰਾਮੂਲਾ ਦੇ ਵਿੱਚ ਅੱਤਵਾਦੀਆਂ ਦਾ ਫੌਜੀ ਜਵਾਨਾਂ ਦੇ ਵੱਲੋਂ ਐਨਕਾਊਂਟਰ ਕੀਤਾ ਜਾ ਰਿਹਾ ਹੈ ਤੇ ਮੁੱਠਭੇੜ ਦੀਆਂ ਲਾਈਵ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਇੱਕ ਅੱਤਵਾਦੀ ਵੀ ਨਜ਼ਰ ਆਇਆ ਹੈ ਜੋ ਗੋਲੀਆਂ ਤੋਂ ਬਚਦਾ ਹੋਇਆ ਭੱਜਦਾ ਹੋਇਆ ਦਿਖਿਆ ਹੈ ਪਰ ਫਿਰ ਵੀ ਜਵਾਨਾਂ ਦੇ ਵੱਲੋਂ ਇਸ ਨੂੰ ਘੇਰ ਕੇ ਇਸ ਨੂੰ ਢੇਰ ਕਰ ਦਿੱਤਾ ਗਿਆ ਹੈ। ਤਸਵੀਰਾਂ ਸਾਹਮਣੇ ਆਈਆਂ ਕਸ਼ਮੀਰ ਦੇ ਬਾਰਾਮੂਲਾ ਤੋਂ ਜਿੱਥੇ ਅੱਤਵਾਦੀਆਂ ਤੇ ਫੌਜੀ ਜਵਾਨਾਂ ਵਿਚਾਲੇ ਮੁੱਠਭੇੜ ਚੱਲ ਰਹੀ ਹੈ। ਫੌਜੀਆਂ ਦੇ ਵੱਲੋਂ ਐਨਕਾਊਂਟਰ ਕੀਤਾ ਜਾ ਰਿਹਾ ਅੱਤਵਾਦੀਆਂ ਦਾ ਤੇ ਇਸ ਵਿਚਾਲੇ ਦੀ ਹੀ ਇੱਕ ਵੀਡੀਓ ਸਾਹਮਣੇ ਆਈ ਹੈ, ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋਈ ਹੈ। ਡਰੋਨ ਦੇ ਰਾਹੀਂ ਇਹ ਤਸਵੀਰਾਂ ਲਈਆਂ ਗਈਆਂ ਨੇ ਜਿਸ ਵਿੱਚ ਅੱਤਵਾਦੀ ਇੱਕ ਘਰ 'ਚੋਂ ਬਾਹਰ ਨਿਕਲ ਕੇ ਭੱਜਦਾ ਹੋਇਆ ਨਜ਼ਰ ਆਉਂਦਾ ਹੈ ਜੋ ਅੱਗੇ ਜਾ ਕੇ ਡਿੱਗ ਵੀ ਜਾਂਦਾ ਹੈ, ਗੋਲੀਆਂ ਤੋਂ ਬਚਦਾ ਹੈ। ਲਗਾਤਾਰ ਗੋਲੀਆਂ ਚੱਲ ਰਹੀਆਂ ਹੈ, ਫੌਜੀ ਜਵਾਨਾਂ ਦੇ ਵੱਲੋਂ ਗੋਲੀਆਂ ਦਾਗੀਆਂ ਜਾ ਰਹੀਆਂ ਨੇ ਤਾਂ ਇਹ ਅੱਤਵਾਦੀ ਭੱਜਦਾ ਹੋਇਆ ਆਪਣਾ ਬਚਾਅ ਕਰਦਾ ਦਰਖਤਾਂ ਵੱਲ ਦੌੜਦਾ ਹੈ, ਦਰਖਤਾਂ ਦੇ ਵਿਚਾਲੇ ਲੁਕ ਜਾਂਦਾ ਹੈ ਪਰ ਅੱਗੇ ਜਾ ਕੇ ਵੀ ਇਸ ਅੱਤਵਾਦੀ ਨੂੰ ਫੌਜੀ ਜਵਾਨਾਂ ਦੇ ਵੱਲੋਂ ਢੇਰ ਕਰ ਦਿੱਤਾ ਜਾਂਦਾ ਹੈ। ਤਸਵੀਰਾਂ ਕਸ਼ਮੀਰ ਦੇ ਬਾਰਾਮੂਲਾ ਦੀਆਂ ਨੇ ਜਿੱਥੇ ਐਨਕਾਊਂਟਰ ਕੀਤਾ ਜਾ ਰਿਹਾ ਹੈ, ਮੁੱਠਭੇੜ ਹੋ ਰਹੀ ਹੈ, ਫਾਇਰਿੰਗ ਹੋ ਰਹੀ ਹੈ, ਗੋਲੀਬਾਰੀ ਹੋ ਰਹੀ ਹੈ। ਅੱਤਵਾਦੀਆਂ ਤੇ ਪੁਲਿਸ ਸੁਰੱਖਿਆ ਬਲਾਂ ਦੇ ਵਿਚਾਲੇ BSF ਤੇ ਜਵਾਨਾਂ ਦੇ ਵੱਲੋਂ ਇਸ ਅੱਤਵਾਦੀ ਨੂੰ ਢੇਰ ਕੀਤਾ ਗਿਆ ਤੇ ਇਸ ਵਿਚਾਲੇ ਦੀ ਹੀ ਇਹ ਵੀਡੀਓ ਹੈ ਜੋ ਉਸੇ ਦੌਰਾਨ ਸਾਹਮਣੇ ਆਈ ਹੈ ਜਦੋਂ ਇਸ ਅੱਤਵਾਦੀ ਨੂੰ ਘੇਰ ਕੇ ਗੋਲੀਆਂ ਦਾਗੀਆਂ ਜਾ ਰਹੀਆਂ ਨੇ ਇਸ ਤੇ ਅੱਤਵਾਦੀ ਆਪਣਾ ਬਚਾਅ ਕਰਦਾ ਨਜ਼ਰ ਆਇਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜੰਮੂ ਕਸ਼ਮੀਰ ਦੇ ਵਿੱਚ ਕਿਸ਼ਤਵਾੜ 'ਚ ਵੀ ਇਹਨਾਂ ਅੱਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ, ਗੋਲੀਆਂ ਦਾਗੀਆਂ ਗਈਆਂ ਜਿਸ ਵਿੱਚ 2 ਫੌਜੀ ਜਵਾਨ ਸ਼ਹੀਦ ਵੀ ਹੋਏ ਸਨ, 2 ਗੰਭੀਰ ਹਾਲਤ ਦੇ ਵਿੱਚ ਜ਼ਖਮੀ ਹਸਪਤਾਲ 'ਚ ਜ਼ੇਰੇ ਇਲਾਜ ਨੇ। ਇਸ ਦੇ ਚੱਲਦਿਆਂ ਬਾਰਾਮੂਲਾ ਦੇ ਵਿੱਚ ਵੀ ਐਨਕਾਊਂਟਰ ਚਲਾਇਆ ਗਿਆ ਇਹਨਾਂ ਫੌਜੀ ਜਵਾਨਾਂ ਦੇ ਵੱਲੋਂ। ਹੁਣ ਇਸ
ਐਨਕਾਊਂਟਰ ਦੀਆਂ ਲਾਈਵ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੋ ਤੁਸੀਂ ਦੇਖ ਰਹੇ ਹੋ ਕਿ ਇਸ ਵਿੱਚ ਅੱਤਵਾਦੀ ਹੈ ਜੋ ਭੱਜਦਾ ਹੋਇਆ ਨਜ਼ਰ ਆ ਰਿਹਾ ਇੱਕ ਘਰ ਚੋਂ ਬਾਹਰ ਨਿਕਲਦਾ ਹੈ ਹੱਥ ਵਿੱਚ ਉਹਦੇ ਵੀ ਬੰਦੂਕ ਹੈ ਗੋਲੀਆਂ ਲਗਾਤਾਰ ਚੱਲ ਰਹੀਆਂ ਨੇ ਤੇ ਗੋਲੀਆਂ ਤੋਂ ਬਚਦਾ ਹੋਇਆ ਇੱਕ ਘਰ ਤੋਂ ਬਾਹਰ ਨਿਕਲਦਾ ਹੈ ਜ਼ਮੀਨ ਤੇ ਡਿੱਗ ਜਾਂਦਾ ਹੈ ਥੋੜੀ ਦੇਰ ਲੇਟਿਆ ਰਹਿੰਦਾ ਹੈ ਤੇ ਫਿਰ ਉਸ ਤੋਂ ਬਾਅਦ ਦਰਖਤਾਂ ਵੱਲ ਦੌੜਦਾ ਹੈ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਅੱਗੇ ਜਵਾਨਾਂ ਦੇ ਵੱਲੋਂ ਇਸ ਨੂੰ ਘੇਰ ਕੇ ਢੇਰ ਕਰ ਦਿੱਤਾ ਜਾਂਦਾ ਹੈ।